ਡਾਕਟਰ ਰਾਜ ਕੁਮਾਰ ਚੱਪੇਵਾਲ ਸਾਹਿਬ ਜਿਨ੍ਹਾਂ ਨੂੰ ਚਾਰ ਦਫ਼ਾ ਕਾਂਗਰਸ ਨੇ ਮੌਕਾ ਦਿੱਤਾ ਕਾਂਗਰਸ ਨੂੰ ਰਿਪ੍ਰਜੈਂਟ ਕਰਨ ਦਾ, ਤਿੰਨ ਵਾਰ ਅਸੈਂਬਲੀ ਦੇ ਵਿੱਚ, ਇੱਕ ਵਾਰ ਪਿਛਲੀ ਪਾਰਲੀਮੈਂਟ, ਉਹਨਾਂ ਨੂੰ ਇਹ ਸਾਡੇ ਕੋਲ ਅੱਜ ਤੋੜ ਕੇ ਉਹਨਾਂ ਦੀ ਡਿਫੈਕਸ਼ਨ ਕਰਾ ਕੇ ਆਪਣੀ ਪਾਰਟੀ ਵਿੱਚ ਅੱਜ ਸੀਐਮ ਪੰਜਾਬ ਲੈ ਕੇ ਗਏ ਨੇ। ਮੈਂ ਇਸ ਐਕਟ ਨੂੰ ਉਹਨਾਂ ਦੀ ਬਹੁਤ ਕੜੇ ਸ਼ਬਦਾਂ ਦੇ ਵਿੱਚ ਕੰਡੈਮ ਕਰ, ਕਿਉਂਕਿ ਜਦੋਂ ਇਹ ਪਾਰਟੀ ਅੱਜ ਤੋਂ 2 ਸਾਲ ਪਹਿਲੇ ਮਾਰਚ ਦੇ ਮਹੀਨੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਪਿੰਡ ਗਈ ਸੀ ਤੇ ਉਹ ਸਟੇਜ ਉੱਤੋਂ ਅਰਵਿੰਦ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਸਾਰੇ ਪੰਜਾਬ ਨੂੰ ਯਕੀਨ ਦਵਾਇਆ ਸੀ ਕਿ ਅਸੀਂ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਅਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਸੋਚ ਤੇ ਚੱਲਾਂਗੇ, ਅਸੀਂ ਡਟ ਕੇ ਉਹਦਾ ਪਹਿਰਾ ਦੇਵਾਂਗੇ। ਜਿਹੜਾ ਬਦਲ ਵੀ ਆਇਆ, ਬਦਲ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਹਰ ਸੈਕਸ਼ਨ ਨੇ ਇਹਨਾਂ ਨੂੰ ਵੋਟਾਂ ਪਾਈਆਂ, ਵਿਸ਼ੇਸ਼ ਤੌਰ ਨੌਜਵਾਨ ਸਾਡੇ ਵੀਰ ਜਿਹੜੇ ਨੇ ਤੇ ਸਾਡੀਆਂ ਬੇਟੀਆਂ ਜਿਹੜੀਆਂ, ਉਹਨਾਂ ਦੀ ਇੱਕ ਬਹੁਤ ਵੱਡੀ ਭੂਮਿਕਾ ਸੀ ਇਸ ਪਾਰਟੀ ਨੂੰ ਲੈ ਕੇ ਆਉਣਾ, ਕਿਉਂਕਿ ਉਹਨਾਂ ਦੇ ਦਿਲੋਂ ਦਿਮਾਗ ਵਿੱਚ ਸੀ ਕਿ ਇਹ ਜਮਾਤ ਆ ਕੇ ਕੋਈ ਸੋਚ ਦੀ ਬੱਝੀ ਏਡੇ ਕੋਈ ਰਾਜਨੀਤੀ ਕਰੇਗੀ, ਕੋਈ ਸਾਫ ਸੁਥਰੇ ਚਿਹਰੇ ਅੱਗੇ ਲੈ ਕੇ ਆਉਣਗੇ ਤੇ ਪੰਜਾਬ ਦੇ ਵਿੱਚ ਆਉਂਦੇ ਸਾਲਾਂ ਵਿੱਚ ਇੱਕ ਬਿਹਤਰੀਨ ਇੱਕ ਰੋਲ ਮਾਡਲ ਸੂਬਾ ਬਣੇ। ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ, ਪਹਿਲੇ ਤਾਂ ਮੈਂ ਚੱਬੇਵਾਲ ਸਾਹਿਬ ਨਾਲ ਗੱਲ ਕਰਨਾ ਚਾਹੁੰਦਾ, ਮੈਂ ਕੱਲ੍ਹ ਰਾਤ ਵੀ ਕੋਸ਼ਿਸ਼ ਕੀਤੀ, ਅੱਜ ਸਵੇਰੇ ਵੀ ਕੋਸ਼ਿਸ਼ ਕੀਤੀ, ਮੈਨੂੰ ਪਤਾ ਲੱਗ ਗਿਆ ਸੀ ਇਸ ਗੱਲ ਦਾ, ਮੇਰਾ ਫੋਨ ਉਹਨਾਂ ਨੇ ਉਠਾਇਆ ਨਹੀਂ। ਬਿਲਕੁਲ ਸਹੀ ਹੈ, ਜੇ ਸੱਚੇ ਹੁੰਦੇ ਤਾਂ ਉਠਾਉਂਦੇ, ਜਦੋਂ ਬੰਦੇ ਵਿੱਚ ਕਮਜ਼ੋਰੀਆਂ ਹੋਣ, ਜਦੋਂ ਬੰਦਾ ਆਪਣੀ ਜ਼ਮੀਰ ਵੇਚ ਕੇ ਆਪਣੇ ਇਲੈਕਟਰੇਟ ਜਿਹੜਾ ਉੱਥੋਂ ਦਾ ਵੋਟਰ ਹੈ ਉਹਦਾ ਸੌਦਾ ਕਰਕੇ, ਸਾਡੇ ਨੌਜਵਾਨ ਬੱਚਿਆਂ ਦਾ ਭਵਿੱਖ ਦਾ ਸੌਦਾ ਕਰਕੇ ਕਿਸੇ ਨਵੀਂ ਜਮਾਤ ਦੇ ਨਾਲ ਪੋਜੀਸ਼ਨ ਲੈਣ ਵਾਸਤੇ ਜਾਂਦਾ ਤੇ ਉਹਦੇ ਕੋਲ ਟੈਲੀਫੋਨ ਚੁੱਕਣ ਦਾ ਸਹੀ ਮਾਇਨੇ ਦੇ ਵਿੱਚ ਹੌਸਲਾ ਨਹੀਂ ਹੁੰਦਾ। ਮੈਂ ਚੱਬੇਵਾਲ ਸਾਹਿਬ ਨੂੰ ਕਹਿਣਾ ਚਾਹਾਂਗਾ, ਚੱਬੇਵਾਲ ਸਾਹਿਬ ਅਸੀਂ ਦੋਨਾਂ ਨੇ 2 ਸਾਲ ਲਗਾਤਾਰ ਇਕੱਠਿਆਂ ਵਿਧਾਨ ਸਭਾ ਦੇ ਵਿੱਚ ਤੇ ਵਿਧਾਨ ਸਭਾ ਦੇ ਬਾਹਰ ਬਹੁਤ ਦਫਾ ਕਲੋਜ਼ਲੀ ਕੰਮ ਕੀਤਾ, ਤੁਹਾਡੇ ਨਾਲ ਮੇਰੀ ਨੇੜਤਾ ਜਿਸ ਤਰ੍ਹਾਂ ਇੱਕ ਵੱਡੇ ਭਾਈ ਦੀ ਛੋਟੇ ਭਾਈ ਨਾਲ ਹੁੰਦੀ, ਤੁਹਾਡੇ ਬਾਰੇ ਪਾਰਟੀ ਨੂੰ ਤੇ ਮੈਨੂੰ ਵੀ ਕਦੀ ਖਾਬੋ ਖਿਆਲ ਵਿੱਚ ਵੀ ਨਹੀਂ ਸੀ ਕਿ ਤੁਸੀਂ ਆਪਣੀ ਮਾਂ ਪਾਰਟੀ ਜਿਹਨੇ ਤੁਹਾਨੂੰ ਪਹਿਚਾਣ ਦਿੱਤੀ ਉਹਦੀ ਪਿੱਠ 'ਚ ਛੁਰਾ ਮਾਰ ਕੇ ਇੱਕ ਔਖੀ ਘੜੀ ਦੇ ਵਿੱਚ ਤੁਸੀਂ ਇੱਕ ਛੋਟੀ ਜਿਹੀ ਪੋਜੀਸ਼ਨ ਵਾਸਤੇ ਆਪਣੇ ਪਰਿਵਾਰ ਵਾਸਤੇ ਕੁਝ ਮਾਲੀ ਮਦਦ ਲੈਣ ਵਾਸਤੇ ਜਿਹੜਾ ਤੁਸੀਂ ਕੰਮ ਕੀਤਾ, ਮੇਰੇ ਖਿਆਲ ਆਉਣ ਵਾਲੀਆਂ ਪੁਸ਼ਤਾਂ ਚੱਬੇਵਾਲ ਸਾਹਿਬ ਇਹ ਤੁਹਾਨੂੰ ਨਾ ਤੇ ਮਾਫ ਕਰਨਗੀਆਂ
ਤੇ ਮੈਂ ਤੁਹਾਨੂੰ ਇੰਨੀ ਗੱਲ ਵੀ ਪੱਕੇ ਤੌਰ ਕਹਿ ਦੇਣਾ ਚਾਹੁੰਦਾ, ਜਿਹੜੀ ਪਾਰਟੀ ਕੋਲ 2 ਸਾਲ ਰਾਜ ਕਰਕੇ 13 ਕੈਂਡੀਡੇਟ ਨਾ ਹੋਣ ਇਲੈਕਸ਼ਨਾਂ ਚ ਪਾਰਲੀਮੈਂਟ ਚ ਫੀਲਡ ਕਰਨ ਵਾਸਤੇ, ਤੁਸੀਂ ਉਸ ਕਿਸ਼ਤੀ ਚ ਚੜ ਚੁੱਕੇ ਹੋ ਜਿਹੜੀ ਕਿਸ਼ਤੀ ਪਹਿਲੇ ਹੀ ਅੱਧ ਤੋਂ ਵੱਧ ਡੁੱਬ ਚੁੱਕੀ ਸੀ। ਅੱਜ ਤੋਂ 3-4 ਦਿਨ ਪਹਿਲਾਂ ਚੱਬੇਵਾਲ ਸਾਹਿਬ ਸਾਰੇ ਲੀਡਿੰਗ ਹਿੰਦੁਸਤਾਨ ਦੀਆਂ ਟੀਵੀ ਚੈਨਲਸ ਨੇ ਇੱਕ ਸਰਵੇ ਕੀਤਾ ਪੰਜਾਬ ਦਾ, ਜਿਹਦੇ ਵਿੱਚ ਇੱਕ ਨੰਬਰ ਤੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਰੱਖਿਆ। ਇੱਕ ਤੇ ਚੈਨਲ ਇਹੋ ਜਿਹਾ ਜਿਹਨੇ 7 ਸੀਟਾਂ ਸਾਨੂੰ ਦਿੱਤੀਆਂ, ਜੇ ਮੌਜੂਦਾ ਆਪ ਦੀ ਸਰਕਾਰ ਨੂੰ 1 ਸੀਟ। ਮੇਰਾ ਇਹ ਵੀ ਮੰਨਣਾ ਉਹ ਵੀ ਉਹਨਾਂ ਨੂੰ ਮੁਗਾਲਤਾ ਹੈ, ਕੋਈ ਪੁਰਾਣਾ ਸਰਵੇ ਹੋਣਾ, ਇਸ ਸੈਸ਼ਨ ਤੋਂ ਬਾਅਦ ਦਾ ਸਰਵੇ ਕਰਦੇ ਚੱਬੇਵਾਲ ਸਾਹਿਬ, ਜਦੋਂ ਤੁਸੀਂ ਬੜੀ ਖੂਬਸੂਰਤੀ ਦੇ ਨਾਲ ਆਪਣਾ ਰੋਲ ਨਿਭਾਉਂਦੇ ਹੋਏ ਇਹ ਕਰਜ਼ੇ ਦੀ ਪੰਡ ਚੁੱਕ ਕੇ ਜਦੋਂ ਤੁਸੀਂ ਅਸੈਂਬਲੀ ਵਿੱਚ ਗਏ ਸੀ ਤੇ ਜਦੋਂ ਤੁਸੀਂ ਹੱਥ ਦੇ ਵਿੱਚ ਲੋਹੇ ਦੀਆਂ ਜੰਜੀਰਾਂ ਲੈ ਕੇ ਉੱਥੇ ਗਏ ਸੀ ਲੋਕਾਂ ਦੇ ਇਸ ਗੱਲ ਦੱਸ, ਹੁਣ ਤੁਸੀਂ ਉਸੇ ਪਾਰਟੀ ਸ਼ਾਮਿਲ ਹੋ ਗਏ, ਮੈਂ ਤੁਹਾਨੂੰ ਬੈਸਟ ਆਫ ਲੱਕ ਕਹਿੰਦਾ। ਮੈਂ ਨਾਲ ਹੀ ਪੰਜਾਬ ਦੇ ਵੀਰਾਂ ਨੂੰ ਤੇ ਭਰਾਵਾਂ ਨੂੰ ਬੇਨਤੀ ਕਰੂੰਗਾ, ਇਹ ਪਾਰਟੀ ਜਿਹੜੀ ਕਹਿੰਦੀ ਸੀ ਕਿ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀ ਸੋਚ ਤੇ ਚੱਲਾਂਗੇ, ਜਿਸ ਕਿਸਮ ਦਾ ਇਸ ਟਾਈਮ ਬੈਂਕਰਪਸੀ ਆਫ ਪੋਲੀਟਿਕਸ ਜਿਹੜੀ ਹੁਣ ਸ਼ੁਰੂ ਹੋਈ, 13 ਕੈਂਡੀਡੇਟ ਤੁਹਾਨੂੰ ਨਹੀਂ ਲੱਭ ਸਕੇ ਭਗਵੰਤ ਮਾਨ ਜੀ, ਪਹਿਲੇ ਤੁਸੀਂ 5 ਮੰਤਰੀ ਬੱਕਰੇ ਹਲਾਲ ਕਰਨ ਵਾਸਤੇ ਲੈ ਕੇ ਗਏ, ਉਹਨਾਂ ਦੇ ਚਿਹਰੇ ਮੋਹਰਿਆਂ ਤੇ ਰੰਗ ਉੱਡੇ ਸਾਰੇ ਮਹਿਸੂਸ ਕਰਦੇ। ਮੈਂ ਤੁਹਾਨੂੰ ਇਹ ਮੰਤਰੀ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ, ਇਹਨਾਂ ਤੁਹਾਨੂੰ ਸ਼ਹੀਦ ਵੀ ਕਰਾਉਣਾ, ਤੁਹਾਡੇ ਮਹਿਕਮੇ ਵੀ ਖੋਲ੍ਹੇ, ਕਿਉਂਕਿ ਇਹਨਾਂ ਦੇ ਮਹਿਕਮਿਆਂ ਦਾ ਸੌਦਾ ਤੇ ਨਵਿਆਂ ਨਾਲ ਹੋ ਰਿਹਾ, ਇਹਨਾਂ ਦੇ ਮਹਿਕਮਿਆਂ ਦਾ ਸੌਦਾ ਤੇ ਨਵੇਂ ਪੈਕੇਜ ਤਿਆਰ ਕੀਤੇ ਜਾਂਦੇ। ਇੱਕ ਪੈਕੇਜ ਤੇ ਅੱਜ ਚਲਾ ਗਿਆ, ਇਹਦੇ ਨਾਲ ਪੈਕੇਜ ਕੀ ਹੋਇਆ, ਮਾਲੀ ਮਦਦ, ਮੈਨੂੰ ਉਹ ਰਕਮ ਵੀ ਪਤਾ, ਉਹ ਮੈਂ ਕਿਸੇ ਟਾਈਮ ਲੇਟਰ ਡਿਸਕਲੋਜ਼ ਕਰਾਂਗਾ, ਬੜੀ ਭਾਰੀ ਰਕਮ ਦਾ ਸੌਦਾ ਕੀਤਾ ਗਿਆ। ਜਿਸ ਸੀਟ ਨੂੰ ਹੁਣ ਚੱਬੇਵਾਲ ਸਾਹਿਬ ਪਾਰਲੀਮੈਂਟ ਦੀ ਸੀਟ ਉਹਨਾਂ ਨੂੰ ਚੈੱਕ ਕੀਤੀ ਗਈ, ਜਿਹੜੀ ਸੀਟ ਤੋਂ ਅਸਤੀਫਾ ਦੇਣਗੇ ਇਹਨਾਂ ਦਾ ਛੋਟਾ ਭਾਈ ਲੜੇਗਾ, ਤੇ ਆਉਂਦੇ ਟਾਈਮ ਵਾਸਤੇ ਇਹ ਗੱਲ ਕਹੀ ਗਈ ਕਿ ਆ ਜਿਹੜੇ ਮੰਤਰੀ ਨੇ ਨਹਾਰ ਰੂਰ ਸਾਰਿਆਂ ਜਾਣਾ, ਇਹਨਾਂ ਦਾ ਕੋਈ ਇੱਕ ਅੱਧਾ ਚੰਗਾ ਮਹਿਕਮਾ ਵੀ ਤੁਹਾਨੂੰ ਦੇਣਾ। ਇਸ ਕਿਸਮ ਦੀ ਆਫਰ ਕੁਝ ਹੋਰ ਲੋਕਾਂ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ, ਕੁਝ ਹੋਰ ਲੋਕਾਂ ਨੂੰ ਵੀ ਇਸ ਕਿਸਮ ਦੀ ਕੋਸ਼ਿਸ਼ ਕੀਤੀ ਗਈ, ਪ੍ਰਮਾਣ ਦੀ ਕੋਸ਼ਿਸ਼ ਕੀਤੀ ਗਈ। ਇਹ ਗੱਲ ਸਾਫ ਸਪਸ਼ਟ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਹੋ ਚੁੱਕੀ ਹੈ ਕਿ ਆਪ ਬਿਲਕੁਲ ਨਸਤੇ ਨਮੂਤ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੋਂ ਬਾਅਦ ਹੋ ਜਾਏ। ਬੜੀ ਅਫਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਜੀ ਤੁਸੀਂ 5 ਆਪਣੇ ਮਿਨਿਸਟਰ ਲੜਾਏ, ਤੁਹਾਡੇ ਕੋਈ ਵਾਲੰਟੀਅਰ ਨਹੀਂ ਲੱਭਾ, ਤੁਸੀਂ ਤੇ ਕਹਿੰਦੇ ਸੀ ਅਸੀਂ ਉਹ ਜਮਾਤ ਆ ਜਿਹਨੂੰ ਵੀ ਖੜਾ ਕਰਨੇ ਆ, ਪਾਰਟੀ ਦੇ ਨਾਂ ਦੀ ਵੋਟ ਪੈਂਦੀ ਆਦਮੀ ਨੂੰ ਤੇ ਪੈਂਦੀ ਨੀ। ਫਿਰ 2 ਨੋਨ ਡਿਫੈਕਟਰ ਆ, ਤੀਜਾ ਆਇਆ ਹੁਣ ਨੋਨ ਡਿਫੈਕਟਰ ਲੈ ਕੇ ਗਏ ਜਲੰਧਰ ਵਾਲਾ ਸੁਸ਼ੀਲ ਰਿੰਕੂ ਤੇ ਫਤਿਹਗੜ੍ਹ ਸਾਹਿਬ ਸੀਟ ਵਾਲਾ ਜੀ ਪੀ ਸਾਹਿਬ ਪਹਿਲੇ ਅਕਾਲੀ ਦਲ ਵਿੱਚ ਸਨ, ਫਿਰ ਉਹ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ PPP ਚ ਗਏ, ਉਥੋਂ ਕਾਂਗਰਸ ਚ ਆਏ, ਹੁਣ ਕਾਂਗਰਸ ਚ ਅਖੀਰ ਜਾ ਕੇ ਆਪ ਦੇ ਵਿੱਚ ਰਹੇ।
ਇਸ ਕਿਸਮ ਦੇ ਲੋਕ ਮੈਂ ਉਹਨਾਂ ਆਪ ਦੇ ਵਾਲੰਟੀਅਰਸ ਨੂੰ ਤੇ ਆਪ ਦੇ MLAs ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ। ਅੱਜ ਭਗਵੰਤ ਮਾਨ ਜੀ ਤੁਸੀਂ ਪੁੱਛਿਆ ਉਸ ਹਲਕੇ ਦਾ ਜਿੱਥੋਂ ਤੁਸੀਂ ਇਹਨੂੰ ਪਾਰਲੀਮੈਂਟ ਲੱਗੇ, ਜਿਸ MLA ਨੂੰ ਰਾ ਕੇ ਆਉਂਦਾ ਉਹਦੇ ਮਨ ਤੇ ਕੀ ਬੀਤ, ਇਸ ਕਿਸਮ ਦਾ ਤੁਸੀਂ ਮੈਸੇਜ ਦੇ ਰਹੇ ਹੋ। 9 ਦੀਆਂ 9 ਅਸੈਂਬਲੀ ਹਲਕੇ ਫਤਿਹਗੜ੍ਹ ਸਾਹਿਬ ਦੇ ਆਪ ਦੇ ਕੋਲ, ਤੇ ਜੇ 9 ਦੇ 9 ਵਿੱਚੋਂ ਤੁਸੀਂ ਇੱਕ ਬੰਦਾ ਵੀ ਨਹੀਂ ਲੱਭ ਸਕੇ। ਕਾਂਗਰਸ ਦਾ ਇੱਕ ਨੋਨ ਡਿਫੈਕਟਰ, ਇੱਕ ਹਾਰਿਆ ਹੋਇਆ ਵਿਅਕਤੀ ਨੂੰ ਤੁਸੀਂ ਪਾਰਲੀਮੈਂਟ ਇਲੈਕਸ਼ਨ ਲੜਾ ਰਹੇ ਹੋ, ਉਹਦਾ ਮਤਲਬ ਤੁਸੀਂ ਕੰਪਲੀਟਲੀ ਪੋਲੀਟੀਕਲੀ ਬੈਂਕਰਪਟ ਹੋ ਚੁੱਕੇ। ਤੁਹਾਨੂੰ ਪੂਰਨ ਪਤਾ ਕਿ ਸਾਡਾ ਬੰਨਾ ਕੀ। ਇਸ ਤੋਂ ਪਹਿਲੇ ਜਲੰਧਰ ਵਿੱਚ ਰਿੰਕੂ ਲੈ ਕੇ ਗਏ, ਹੁਣ ਚੱਬੇਵਾਲ ਸਾਹਿਬ ਨੂੰ ਤਿਆਰ ਕਰ ਲਿਆ। ਇੱਕ ਆਪਣੇ ਨਾਲ ਦਾ ਹੀ ਅੱਗੇ ਹੀ ਭਗਵੰਤ ਮਾਨ ਜੀ, ਪੰਜਾਬ ਬਹੁਤ ਵੱਡੀ ਕੀਮਤ ਤੁਹਾਨੂੰ ਮੁੱਖ ਮੰਤਰੀ ਦੀ ਤੁਹਾਨੂੰ ਬਣਾ ਕੇ ਬਹੁਤ ਵੱਡੀ ਕੀਮਤ ਅਦਾ ਕਰ। ਇੱਕ ਤੁਸੀਂ ਆਪਣੀ ਸਾਈਡ ਕਿੱਕ, ਇੱਕ ਜੂਨੀਅਰ ਆਪਣੇ ਨਾਲ ਦਾ ਕਮੇਡੀਅਨ ਰਹਿਣ ਵਾਲਾ ਸੰਗਰੂਰ ਦਾ ਟਿਕਟ ਉਹਨੂੰ ਫਰੀਦਕੋਟ ਤੋਂ ਦੇ ਦਿੱਤੀ। ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਲੋਕ ਤੇ ਫਰੀਦਕੋਟ ਦੇ ਲੋਕ ਤੁਸੀਂ ਜਿਹਨੂੰ ਮਰਜ਼ੀ ਘੱਲ ਦੋਗੇ ਇਹ ਤੁਹਾਡੀ ਕਾਰਡ ਦੀ ਹੱਡੀ ਹਰ ਵਾਰ ਚੜ ਜਾਏਗੀ, ਇਹ ਲੋਕ ਐਕਸੈਪਟ ਕਰ ਲੈਣਗੇ ਉਸ ਕੰਪਲੀਟਲੀ, ਇਹ ਲੋਕ ਰਿਜੈਕਟ ਹੋ। ਤੋ ਮੈਂ ਪੰਜਾਬ ਦੇ ਕਾਂਗਰਸ ਦੇ ਕਾਡਰਸ ਨੂੰ ਤੇ ਵਿਸ਼ੇਸ਼ ਤੌਰ ਪੰਜਾਬੀਆਂ ਨੂੰ ਅੱਜ ਅਪੀਲ ਕਰਨਾ ਚਾਹੁੰਦਾ ਕਿ ਇਸ ਪਾਰਟੀ ਦਾ ਚਿਹਰਾ ਮੋਹਰਾ ਤੁਹਾਡੇ ਸਾਹਮਣੇ ਆ ਗਿਆ ਨਾ। ਇਹਨੇ ਸਕਿਉਰਿਟੀ ਛੱਡੀ, ਕਹਿੰਦੇ ਸੀ ਪਿੰਡਾਂ ਦੀਆਂ ਸੱਥਾਂ ਵਿੱਚੋਂ ਚੱਲਾਂਗੇ, ਜਿਹਨੂੰ ਸਕਿਉਰਿਟੀ ਚਾਹੀਦੀ ਉਹ ਪੋਲਟਰੀ ਫਾਰਮ ਖੋਲੋ, ਅਸੀਂ ਛੋਟੀਆਂ ਦੋ ਦੋ ਤਿੰਨ ਤਿੰਨ ਕਮਰਿਆਂ 'ਚੋਂ ਗੁਜ਼ਾਰਾ ਕਰਨ ਵਾਲੇ ਹਾਂ, ਪੰਜ ਪੰਜ ਕੋਠੀਆਂ ਨੇ ਇਸ ਟਾਈਮ, 1100 ਬੰਦਾ CM ਦੀ ਸਕਿਉਰਿਟੀ 'ਚ, 134 ਗੱਡੀਆਂ ਦਾ ਕਾਫਲਾ ਇਹਨਾਂ ਨਾਲ ਚੱਲਦਾ, ਟੋਟਲੀ ਇਹ ਬੈਂਕਰਪਟ ਸਰਕਾਰ ਵੀ ਹੋ ਚੁੱਕੀ ਤੇ ਸੂਬਾ ਵੀ ਕਰ ਦਿੱਤਾ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ। ਸਲਾਰਿਆ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।